ਅੱਜ ਮੌਸਮ ਠੀਕ ਹੈ। ਓਹੋ ਜਦੋਂ ਸਲਿਪਰੀ ਹੋ ਰਿਹਾ ਕੰਮ। ਸੋ ਕੱਲ੍ਹ ਸਨੋਅ ਸਟੋਰਮ ਸੀ, ਬਹੁਤ ਜ਼ਿਆਦਾ ਸਨੋਅ ਪੈ ਗਈ ਕੱਲ੍ਹ ਦੀ। ਆਹ ਦੇਖੋ ਕੀ ਹਾਲ ਬਣਿਆ ਪਿਆ, ਸਾਫ਼ ਕਰ ਕਰਕੇ ਸਾਰਿਆਂ ਨੇ ਆਪਣੇ ਡਰਾਈਵੇ 'ਤੇ ਇੱਥੇ ਪਹਾੜ ਬਣਾਏ। ਅਤੇ ਆਹ ਆਪਣੀ ਲੱਗੀ ਹੈ ਜੀ ਗੱਡੀ, ਇਹਨੂੰ ਮੈਂ ਮੋਰਨਿੰਗ 'ਚ ਕਰ ਗਿਆ ਸੀ ਸਾਫ਼, ਅਤੇ ਆਪਾਂ ਇਹਨੂੰ ਥੋੜ੍ਹੀ ਦੇਰ ਸਟਾਰਟ ਕਰ ਦਈਏ, ਗਰਮ ਹੋ ਜਾਏਗੀ। ਆਹ ਤਾਂ ਜਾਮ ਹੀ ਗਈ ਉੱਤੇ, ਗੱਡੀ ਚੱਲੇਗੀ ਨਾ 10-15 ਮਿੰਟ ਫਿਰ ਥੋੜ੍ਹੀ ਮੈਲਟ ਹੋ ਜਾਏਗੀ। ਆਹ ਦੇਖੋ ਇਹਨੇ ਟੁੱਟਣੀ। ਬਾਕੀ ਆਹ ਸਾਰੀ ਬਲੈਕ ਆਈਸ ਜੀ ਜੰਮ ਗਈ ਆ, ਤਿਲਕਣ ਤਿਲਕਣ ਜੀ। ਵੈਸੇ ਭਾਅ ਜੀ ਨੇ ਉਹ ਪਾਇਆ ਇੱਥੇ, ਸਾਲਟ ਪਾਇਆ ਆ, ਅਤੇ ਸ਼ਾਇਦ ਖੁਰਜੇ ਉਦੋਂ ਤੱਕ ਥੋੜ੍ਹੀ ਦੇਰ ਤੱਕ। ਆ ਦੇਖੋ ਕੀ ਹਾਲ ਬਣਿਆ ਪਿਆ, ਸਾਰੇ ਅੰਦਰਲੀਆਂ ਸਟਰੀਟਾਂ 'ਤੇ ਛੇਤੀ ਕਿਤੇ ਸਾਫ਼ ਨਹੀਂ ਕਰਕੇ ਜਾਂਦੇ, ਬਾਹਰ ਮੇਨ ਰੋਡਾਂ 'ਤੇ ਸਾਫ਼ ਕਰ ਦਿੰਦੇ ਆ। ਅਤੇ ਇੱਥੇ ਬਹੁਤ ਘੱਟ ਆਉਂਦੀਆਂ ਗੱਡੀਆਂ, 1-2 ਵਾਰੀ ਆਉਂਦੇ ਬਸ, ਮੈਨੂੰ ਲੱਗਦਾ ਸਾਲਟ ਪਾ ਕੇ ਗਏ ਆ। ਬਾਕੀ ਚਲੋ ਆਪਾਂ ਗੱਡੀ 'ਚ ਬੈਠ ਕੇ ਗੱਲ ਕਰਦੇ ਹਾਂ, ਠੰਡ ਬੜੀ ਬਾਹਰ। ਹੁਣ ਤੁਸੀਂ ਸਾਰਿਆਂ ਨੇ ਬਹੁਤ ਪਿਆਰੇ ਪਿਆਰੇ ਮੈਸੇਜ ਕੀਤੇ ਸਾਡੇ ਗੱਡੀ ਵਾਲੇ ਵਲੌਗ 'ਤੇ, ਅਤੇ ਬਹੁਤ ਜ਼ਿਆਦਾ ਵਿਸ਼ਿਜ਼ ਆਈਆਂ। ਸੋ ਥੈਂਕ ਯੂ ਸੋ ਮੱਚ, ਸਾਰਿਆਂ ਨੂੰ ਗੱਡੀ ਬਹੁਤ ਪਸੰਦ ਆਈ ਹੈ ਨਾ, ਕਿ ਸਾਰਿਆਂ ਨੇ ਬੜੇ ਵਧੀਆ ਵਧੀਆ ਕਮੈਂਟਸ ਕੀਤੇ ਕਿ ਭਾਅ ਜੀ ਕਲਰ ਬਹੁਤ ਸੋਹਣਾ ਆ, ਅਲੋਏ ਵੀਲਸ ਬਹੁਤ ਸੋਹਣੇ ਆ। ਅਤੇ ਸੋ ਥੈਂਕ ਯੂ ਸੋ ਮੱਚ ਜੀ ਸਾਰਿਆਂ ਦਾ, ਸਾਡੀ ਯੂਟਿਊਬ ਫੈਮਿਲੀ ਦਾ। ਐਂਡ ਕੋਈ ਨਾ, ਅਗਰ ਕਿਸੇ ਨੂੰ ਸਾਡੀ ਗੱਡੀ ਦਾ ਰਿਵਿਊ ਚਾਹੀਦਾ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ, ਫਿਰ ਮੈਂ ਅਲੱਗ ਤੋਂ ਪੂਰਾ ਗੱਡੀ 'ਤੇ ਵਲੌਗ ਬਣਾਊਂਗਾ, ਅਤੇ ਸਾਰਾ ਕੁਝ ਦੱਸੂੰਗਾ ਜਾਂ ਕਿਵੇਂ ਆਪਾਂ ਲਈ ਆ ਹੈ ਨਾ, ਅਤੇ ਕਿਵੇਂ ਆਪਾਂ ਨੂੰ ਇੰਟਰਸਟ ਰੇਟ ਜਾਂ ਕੀ ਲੋਨ ਵਗੈਰਾ ਪਿਆ। ਸੋ ਕਮੈਂਟ ਕਰਕੇ ਦੱਸਿਓ, ਫਿਰ ਅਸੀਂ ਇਹਦੇ 'ਤੇ ਸਾਰਾ ਵਲੌਗ ਸ਼ੂਟ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ, ਹੋਪ ਕਰਦੇ ਤੁਸੀਂ ਸਾਰੇ ਘੈਂਟ ਹੋਵੋਗੇ, ਅਤੇ ਵੈਲਕਮ ਬੈਕ ਟੂ ਦੀ ਚੈਨਲ ਜਸਰਸ਼ ਕੈਨੇਡਾ। ਵਲੌਗ ਸਟਾਰਟ ਕਰਤਾ ਹੈ ਕਿਉਂਕਿ ਅੱਜ ਇੱਕ ਬੜੀ ਪਿਆਰੀ ਚੀਜ਼ ਸਾਨੂੰ ਡਿਲੀਵਰ ਹੋਣ ਜਾ ਰਹੀ ਆ, ਅਤੇ ਉਹ ਪਿਆਰੀ ਚੀਜ਼ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਸਾਨੂੰ ਮਿਲਣ ਲੱਗੀ ਆ। ਅਤੇ ਅੱਜ ਮੇਲ ਆਈ ਸੀ ਸਾਨੂੰ ਕਿ ਅੱਜ ਤੁਹਾਨੂੰ ਉਹ ਚੀਜ਼ ਡਿਲੀਵਰ ਹੋ ਜਾਏਗੀ, ਅਤੇ ਉਹ ਚੀਜ਼ ਕੀ ਆ ਤੁਹਾਨੂੰ ਅੱਗੇ ਪਤਾ ਲੱਗ ਜੂਗਾ ਜਦੋਂ ਆਏਗੀ। ਅਤੇ ਆਈ ਥਿੰਕ ਸ਼ਾਇਦ 2-3 ਘੰਟਿਆਂ ਤੱਕ ਸਾਨੂੰ ਮਿਲ ਜੇ। ਸੋ ਆਪਾਂ ਸੋਚਿਆ ਕਿ ਚਲੋ ਉਨੀ ਦੇਰ ਆਪਾਂ ਰੈਡੀ ਹੋ ਜਾਈਏ ਅਤੇ ਥੋੜ੍ਹਾ ਬਾਹਰ ਘੁੰਮ ਫਿਰ ਕੇ ਆਉਂਦੇ ਹਾਂ, ਅਤੇ ਉਨੀ ਦੇਰ ਨੂੰ ਉਹ ਸਾਡੀ ਪਿਆਰੀ ਚੀਜ਼ ਵੀ ਆਜੂਗੀ, ਅਤੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਕੀ ਆ ਰਿਹਾ, ਕਿਉਂਕਿ ਉਹ ਤੁਹਾਡੇ ਕਰਕੇ ਆ ਰਹੀ ਆ। ਐਂਡ ਬਾਕੀ ਥੋੜ੍ਹਾ ਜਿਹਾ ਬਾਹਰ ਚੱਲੇ ਹਾਂ ਜੀ ਘੁੰਮਣ ਫਿਰਨ, ਅਤੇ ਥੋੜ੍ਹਾ ਜਿਹਾ ਚੱਕਰ ਜਿਹਾ ਲਗਾਉਣ। ਮੈਂ ਵੀ ਸਵੇਰੇ ਕੰਮ ਤੋਂ ਛੇਤੀ ਆ ਗਿਆ ਸੀ, ਮੋਰਨਿੰਗ ਸ਼ਿਫਟ ਸੀ, ਅਤੇ ਅਰਸ਼ ਦੀ ਵੀ ਮੋਰਨਿੰਗ ਸ਼ਿਫਟ ਸੀ। ਸੋ ਨਾਲ ਹੀ ਸਾਨੂੰ ਮੇਲ ਆ ਗਈ ਕਿ ਤੁਹਾਡੀ ਮਤਲਬ ਇੱਕ ਚੀਜ਼ ਡਿਲੀਵਰ ਹੋ ਰਹੀ ਆ। ਸੋ ਆਪਾਂ ਨਾਲ ਹੀ ਰੈਡੀ ਹੋ ਗਏ ਕਿ ਚਲੋ ਆਪਾਂ ਵਲੌਗ ਸ਼ੂਟ ਕਰਦੇ ਹਾਂ, ਕਿ ਚਲੋ ਆਪਾਂ ਚੱਲਦੇ ਹਾਂ ਪਹਿਲਾਂ। ਅਤੇ ਅਰਸ਼ ਆਉਂਦੀ ਆ, ਉਹ ਬੇਸਮੈਂਟ ਨੂੰ ਬਸ ਲੋਕ ਲਾਉਂਦੀ ਹੋਣੀ ਆ, ਅਤੇ ਫਿਰ ਆਪਾਂ ਨਿਕਲਦੇ ਹਾਂ, ਥੋੜ੍ਹਾ ਘੁੰਮ ਫਿਰ ਕੇ ਆਉਂਦੇ ਹਾਂ, ਤੁਹਾਨੂੰ ਨਾਲ ਵੀ ਗੱਲਾਂ ਕਰਦੇ ਹਾਂ, ਤੁਹਾਨੂੰ ਵੀ ਘੁੰਮਾਉਂਦੇ ਹਾਂ। ਅਤੇ ਅਰਸ਼ ਆ ਹੀ ਗਈ ਆ, ਆਜੋ ਆਜੋ, ਰੁਕ ਮੈਂ ਲੋਕ ਖੋਲ ਲਓ। ਆ ਗਏ ਹੋ ਰਸਤੇ ਚੋਂ ਜੀ, ਲੋਕ ਆ ਰਹੇ ਹੋ? ਹਾਂਜੀ। ਮੈਂ ਕਿਹਾ ਅੱਜ ਸਾਡੀ ਇੱਕ ਬੜੀ ਪਿਆਰੀ ਚੀਜ਼ ਆ ਰਹੀ ਆ, ਅਤੇ ਆਪਾਂ ਬਸ ਉਹਦੇ ਕਰਕੇ ਛੇਤੀ ਛੇਤੀ। ਅੱਛਾ, ਮੈਚਿੰਗ ਕਰਕੇ, ਵਾਹ ਯਾਰ, ਰੀਸੜ ਰੀਸੜਾ ਜੈਕਟ ਵੀ ਹਾਫ ਮੇਰੇ ਵਾਂਗੂ ਪਾ ਕੇ ਆਇਆ ਮੋਟਾ। ਮੈਨੂੰ ਪਤਾ ਹੀ ਨਾ, ਮੈਂ ਤੁਹਾਨੂੰ ਵੇਖ ਲਿਆ ਹੀ ਨਿਕਲਣ ਲੱਗਿਆ, ਮੈਂ ਕਿਹਾ ਮੈਂ ਕੋ ਪਿੱਛੇ ਰਵਾਂ। ਚਲੋ ਜੀ, ਆਪਾਂ ਹੁਣ ਚੱਲਦੇ ਹਾਂ ਜੀ, ਥੋੜ੍ਹਾ ਜਿਹਾ ਘੁੰਮ ਫਿਰ ਕੇ ਆਉਂਦੇ ਹਾਂ, ਤੁਹਾਨੂੰ ਵੀ ਘੁਮਾਉਂਦੇ ਹਾਂ। ਅਤੇ ਅਸੀਂ ਚਾਹੁੰਦੇ ਹਾਂ ਜੀ ਸਮੋਸੇ ਖਾਣੇ। ਭੁੱਖ ਤਾਂ ਬਹੁਤ ਲੱਗੀ ਆ, ਅਤੇ ਚੱਲੀਏ। ਭੁੱਖ ਤਾਂ ਸਾਨੂੰ ਲੱਗੀ ਰਹਿੰਦੀ, ਨਵਾਂ ਕੁਛ ਦੱਸੋ, ਸਮੋਸੇ ਖਾਈਏ। ਚਲੋ, ਜੋ ਖਾਣਾ ਤੇ ਜੋ ਤੇਰਾ ਦੇ ਲੈ, ਖਾ ਕੇ ਆਉਂਦੇ ਅੱਜ ਯਾਰ। ਚੱਲੀਏ ਫਿਰ। ਤੁਸੀਂ ਖਾਧੇ ਨਾ ਮੈਂ ਵੀ ਇੱਥੇ ਸਮੋਸੇ? ਹਾਂ, ਤੂੰ ਮੈਨੂੰ ਪਿੱਛੇ ਜੇ ਖਵਾਏ ਤੇ ਸੀ। ਚੱਲੀਏ ਫਿਰ। ਚਲੋ ਚਲੋ ਚਲੋ, ਚੱਲਦੇ ਹਾਂ। ਐਡਰੈਸ ਪਾਵਾਂ? ਪਾਓ ਜੀ, ਪਾਓ ਪਾਓ ਐਡਰੈਸ। ਬੈਲਟ ਲਾਈਏ? ਲਾਓ ਬੈਲਟ, ਲਾਓ, ਨਾਲੇ ਮੈਂ ਗੱਡੀ ਬੈਗ ਤੇ ਕਰਾਂ। ਬਿਨਾਂ ਬੈਲਟ ਤੋਂ 1 ਮਿੰਟ ਵੀ ਨਹੀਂ ਚੱਲ ਸਕਦੇ। ਸਹੀ ਗੱਲ ਹੈ, ਸਹੀ ਗੱਲ ਹੈ।
ਸਨੋਹ 'ਚ ਚੱਲਣਾ ਬਹੁਤ ਮੁਸ਼ਕਿਲ ਹੈ ਯਾਰ, ਸਨੋਹ 'ਚ ਚੱਲਣਾ ਬਹੁਤ ਮੁਸ਼ਕਿਲ ਹੈ ਅਭੀ। ਚਲਦੀ ਨੀ ਬਈ ਉੱਥੇ ਕੀ ਘੁੰਮੀ ਜਾਂਦੀ ਹੈ ਕਰਕੇ। ਕੱਲ ਬਹੁਤ ਜ਼ਿਆਦਾ ਸਟਾਰਮ ਹੈ ਨਾ, ਅੱਜ ਫਿਰ ਵੀ ਸਹੀ ਆ। ਹਾਂ ਦੇਖ ਕੀ ਹਾਲ ਹੋ ਰਿਹਾ, ਗੱਡੀ ਆਪਣੇ ਆਪ ਵੈਣੂ ਜਾ ਰਹੀ ਆ, ਆਪਾਂ ਇਹਨਾਂ ਨੂੰ ਕ੍ਰੋਸ ਕਰਾ ਦਈਏ। ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਗਾਇਸ, ਅੱਜ ਸਾਡਾ ਇੱਕ ਬਹੁਤ ਹੀ ਸਪੈਸ਼ਲ ਪਾਰਸਲ ਆਨ ਦਾ ਵੇ ਆ। ਪਿਛਲਾ ਪਾਰਸਲ ਵੀ ਬੜਾ ਸਪੈਸ਼ਲ ਸੀ ਜਿਹੜਾ ਤੁਸੀਂ ਦੇਖਿਆ, ਬਟ ਅੱਜ ਵਾਲਾ ਵੀ ਸਪੈਸ਼ਲ ਆ। ਤੇ ਇੱਕ ਵੀਕ ਚ ਹੀ ਵੇਖ ਲਓ ਕਿੰਨਾ ਕੁਛ ਗੁੱਡ ਗੁੱਡ ਜਿਹਾ ਹੋ ਗਿਆ ਹੈ ਨਾ। ਚਲੋ ਟੈਕਸ ਵਧੀਆ ਸੀ ਸਾਡੇ। ਤੇ ਉਹ ਜਿਹੜਾ ਪਾਰਸਲ ਆ ਉਹ ਤੇ ਤੁਹਾਡੇ ਸਾਰਿਆਂ ਦੀ ਵਜ੍ਹਾ ਕਰਕੇ ਤੇ ਤੁਹਾਡੀ ਬਲੈਸਿੰਗਸ ਦੇ ਨਾਲ ਹੀ ਆ। ਤੇ ਬਾਕੀ ਮੈਂ ਵੀ ਘਰ ਜਾਂਦਾ ਤੱਕ ਆ ਜਾਊਗਾ ਹੈ ਨਾ, ਅੱਜ ਸ਼ਾਮ ਦੀ ਹੀ ਟਾਈਮਿੰਗ ਆ ਤੇ 5 ਵਜੇ ਤੋਂ ਪਹਿਲਾਂ ਤਾਂ ਆ ਹੀ ਜਾਊਗਾ। ਤੇ ਬਾਕੀ ਆਪਾਂ ਹੁਣ ਚੱਲੇ ਆ ਸਮੋਸੇ ਖਾਣ, ਸਮੋਸੇ ਖਾਵਾਂਗੇ। ਅੱਜ ਵਧੀਆ ਲੱਗ ਰਿਹਾ ਹੈ ਨਾ, ਪਹਿਲਾਂ ਤਾਂ ਕਾਫੀ ਮਤਲਬ ਉਹ ਹੈਗਾ ਸੀ ਕਿ ਇਹਦਾ ਨਾਮ ਆ ਧੁੱਪ ਨਿਕਲੀ ਸੀ, ਬਟ ਹੁਣ ਉਹੀ 5 ਵਜੇ ਹਨੇਰਾ ਪੈ ਗਿਆ। 5 ਵਜੇ ਆਉਣ ਤੱਕ ਆ ਜਾਏ ਹੈ ਨਾ ਮੇਰੀ ਬੱਸ, ਇਹਦੇ ਚ ਮੈਂ ਜਾਂਦਾ ਹੁੰਦਾ ਸੀ, ਹੁਣ ਨੀ ਜਾਣਾ। ਨਹੀਂ ਕਦੇ ਲੋੜ ਪੈ ਸਕਦੀ ਹੈ, ਤੁਹਾਨੂੰ ਹੀ ਭੇਜੂਗੀ ਮੈਂ ਤਾਂ ਬਣਵਾ ਰਹੀ ਹਾਂ ਜੀਟੂ, ਵੇਖਿਓ ਮੈਂ ਦਊਂਗੀ ਜੀਟੂ। ਯਾਰ ਬਹੁਤ ਸਵਾਦ ਹੁੰਦੀ ਆ, ਭਟੂਰੇ ਚੱਲੇ ਆ ਖੋਲ ਤਾਂ ਸਹੀ, ਖਾਈਏ ਯਾਰ ਭੁੱਖ ਬਹੁਤ ਲੱਗੀ ਆ। ਦੇਖੋ ਜੀ ਕੈਨੇਡਾ ਦੇ ਸਮੋਸੇ, ਪਰ ਸਵਾਦ ਕਾਫੀ ਆ, ਹੈਗੇ ਮੋਟੇ ਮੋਟੇ ਜੇ। ਚਲੋ ਖਾ ਲਈ ਆਪਾਂ ਫਿਰ ਮਿਲਦੇ ਹਾਂ। ਆ ਗਏ ਜੀ ਅਰਸ਼ ਦੇ ਭਟੂਰੇ, ਅਰਸ਼ ਭਟੂਰੇ ਜ਼ਬਰਦਸਤ ਲੱਗ ਰਹੇ ਹਨਾ, ਮੋਟੇ ਮੋਟੇ ਜੇ। ਹਾਂ ਚਲੋ ਮੈਂ ਸਮੋਸੇ ਖਾ ਲਾ, ਤੂੰ ਆ ਖਾ ਲਾ, ਮੇਰੀ 1-2 ਬਾਈਟ ਛੱਡ ਦੀ। ਚੱਲ ਠੀਕ ਆ ਖਾ ਲਾ ਖਾ ਲਾ। ਸੋ ਆਪਾਂ ਆ ਗਏ ਹਾਂ ਜੀ ਭਟੂਰੇ ਛੋਲੇ ਅਤੇ ਆਪਣੇ ਛੋਛੇ ਖਾ ਕੇ ਘਰ ਨੂੰ, ਅਤੇ ਹੁਣ ਜਾ ਰਿਹਾ ਅਰਸ਼ ਦੀ ਫਰੈਂਡ ਦੀ ਐਨੀਵਰਸਰੀ ਆ, ਅਤੇ ਆਪਾਂ ਹੁਣ ਉੱਧਰ ਪਹਿਲਾਂ ਕੇਕ ਬਾਏ ਕਰਦੇ ਹਾਂ ਅਤੇ ਫਿਰ ਉਹਨਾਂ ਵੱਲ ਚੱਲਦੇ ਹਾਂ ਅਤੇ ਕੇਕ ਕਟਿੰਗ ਕਰਦੇ ਹਾਂ, ਅਤੇ ਆਪਾਂ ਬਸ ਛੇਤੀ ਛੇਤੀ ਨਿਕਲਦੇ ਹਾਂ ਅਤੇ ਚਲੀਏ। ਉਹਨਾਂ ਦੀ ਐਨੀਵਰਸਰੀ ਪਾਰਟੀ ਤਾਂ ਵੈਸੇ ਵੀਕਐਂਡ ਤੇ ਆ, ਤਾਂ ਯਾਰ ਕੇਕ ਕਟਿੰਗ ਦੇ ਸੇਮ ਡੇ ਹੋਣੀ ਚਾਹੀਦੀ। ਵੈਸੇ ਅਸੀਂ ਜਾਣਾ ਰਾਤੀ 12 ਵਜੇ ਸੀਗਾ, ਹਾਂਜੀ, ਬਟ ਸਨੋਅ ਬਹੁਤ ਪੈ ਗਈ ਉੱਤੋਂ ਅਤੇ ਉਹ ਸੋ ਗਏ ਸੀ ਕੰਮ ਤੋਂ ਆਏ, ਅਤੇ ਥਕਾਵਟ ਬਹੁਤ ਹੋ ਜਾਂਦੀ ਆ, ਅਤੇ ਉੱਤੋਂ ਰਾਤ ਨੂੰ ਬਹੁਤ ਜ਼ਿਆਦਾ ਸਨੋਅ ਪੈ ਗਈ ਸੀ ਕਿਉਂਕਿ ਕੱਲ੍ਹ ਸਨੋਅ ਸਟੋਰਮ ਸੀ। ਸੋ ਉਹਦੇ ਕਰਕੇ ਤੁਸੀਂ ਦੇਖਿਆ ਹੀ ਆ ਸਾਰਾ ਕਿੰਨੀ ਕੁ ਜ਼ਿਆਦਾ ਸਨੋਅ ਪੈ ਗਈ ਆ। ਅਤੇ ਬਾਕੀ ਚਲੋ ਕੋਈ ਨਾ, ਹੁਣ ਆਪਾਂ ਚੱਲਦੇ ਹਾਂ ਪਹਿਲਾਂ ਕੇਕ ਬਾਏ ਕਰਦੇ ਹਾਂ ਅਤੇ ਫਿਰ ਸਿੱਧਾ ਉਹਨਾਂ ਵੱਲ ਚੱਲਦੇ ਹਾਂ ਕਿਉਂਕਿ ਉਹਨਾਂ ਨੇ ਬਾਅਦ 'ਚ ਘੁੰਮਣ ਜਾਣਾ। ਸੋ ਆਪਾਂ ਛੇਤੀ ਛੇਤੀ ਨਿਕਲਦੇ ਹਾਂ, ਚੱਲੀਏ ਚੱਲ ਆ ਯਾਰ ਛੇਤੀ ਕਰੀਏ। ਹੈਂ ਗੁਰਦੁਆਰਾ ਸਾਹਿਬ? ਚਲੋ 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 ਠੀਕ ਹੈ ਜੀ, ਚਲੋ ਬਾਬੇ ਘਰ ਵੀ ਮੱਥਾ ਟੇਕ ਆਉਂਦੇ ਫਿਰ। ਘੜੀ ਹੋਇਆ ਪਿਆ ਸਾਡਾ
ਆ ਵੇਖੋ ਕਿੰਨਾ ਸੋਹਣਾ ਫੁੱਲ ਬਣਿਆ ਚਲਾ ਠੀਕ ਹੈ ਇੱਥੋਂ ਮਿਲ ਜੂਗਾ ਯੈਸ ਅੰਡ ਬੜੀ ਹੈ ਯਾਰ ਬਾਹਰ ਮਜੂਨ ਹੈ ਹੈਪੀ ਐਨੀਵਰਸਰੀ ਓਕੇ ਵੈਰੀ ਨਾਈਸ ਸੋਹਣਾ ਹਾਂ ਬਹੁਤ ਸੋਹਣਾ ਪਸੰਦ ਆਊਗਾ ਉਹਨਾਂ ਨੂੰ ਹੈਨਾ ਚੱਲ ਤਿਆਰ ਖੋਲ ਬਸ ਹੁਣ ਇੱਥੋਂ ਧਿਆਨ ਨਾ ਜਾਈ ਯਾਰ ਇੱਥੇ ਸਮੈਲ ਕਿੰਨੀ ਗੰਦੀ ਆ ਰਹੀ ਅਰਸ਼ ਹੈਨਾ ਉਹ ਮੈਲਟ ਹੋਈ ਆ ਉਹਦੀ ਸਮੈਲ ਆ ਗੰਦੀ ਹੈ ਹਾਂ ਧਿਆਨ ਨਾਲ ਬਸ ਕੇਕ ਇੱਥੇ ਨਾ ਬਣ ਜੇ ਕੇਕ ਬਸ ਬਹੁਤ ਸੋਹਣੀ ਸਨੋ ਬਹੁਤ ਸੋਹਣੀ ਇਹ ਤੂੰ ਹੀਟਰ ਤੋਂ ਪਰੇ ਰੱਖੀ ਜੁੱਤੀ ਝਾੜ ਕੇ ਗੱਡੀ ਆ ਸ਼ਕੀਨ ਜੱਟ ਦੀ ਬੜਾ ਮੇਨ ਕੰਮ ਕਰਦੀ ਆ ਨਾ ਤੂੰ ਥਕਾਵਟ ਹੋ ਜਾਂਦੀ ਹੈ ਕੇਕ ਨੂੰ ਹੱਥ ਫੜ ਲਓ ਡਿੱਗਣ ਦੇ ਪੂਰੇ ਚਾਂਸ ਕਿੰਨਾ ਸੋਹਣਾ ਲੱਗ ਰਿਹਾ ਖੁੱਲ ਦੂ ਗੇਟ ਠੰਡ ਬਹੁਤ ਭਾਈ ਕੈਂਡਲ ਹੈਗੀ ਪੰਜ ਸਾਲ ਹੋ ਗਏ ਹਾਂ ਬਹੁਤ ਛੋਟਾ ਸਿਲੰਡਰ ਰੱਖਿਆ ਹੋਣਾ ਹੈਪੀ ਐਨੀਵਰਸਰੀ ਸਹੀ ਹੈ ਸਹੀ ਹੈ ਕੱਟਣਾ ਕੀ ਹੋਇਆ ਕਵਰ ਸੀ ਅੱਛਾ ਕਵਰ ਸੀ ਕੋਈ ਗੱਲ ਨਹੀਂ ਮੈਂ ਤੇ ਉਸ ਨਹੀਂ ਕੀਤਾ ਨਾ ਕੁਝ ਤਾਂ ਹੋਣਾ ਹੀ ਸੀ ਕੁਝ ਨਹੀਂ ਹੋਤਾ ਕਪੜੇ ਥੇ ਉਸ ਕੀ ਠੰਡ ਹੈ ਨਾ ਠੰਡ ਹੈ ਸਨੋ ਪੈ ਰਹੀ ਹੈ ਸਨੋ ਪੈ ਰਹੀ ਕੱਲ ਦੀ ਮੁਬਾਰਕਾਂ ਜੀ ਬਹੁਤ ਬਹੁਤ ਇਹ ਤੇਰਾ ਮਿਸੂ ਆ ਆਪਾਂ ਗੁਰਦੁਆਰਾ ਸਾਹਿਬ ਆ ਗਏ ਆ ਤੇ ਗੁਰਦੁਆਰਾ ਸਾਹਿਬ ਦਾ ਕਲੋਜ਼ਿੰਗ ਟਾਈਮ ਹੈਗਾ 9 ਵਜੇ ਦਾ ਤੇ 8:50 ਹੋ ਗਿਆ ਆਲਰੇਡੀ ਤੇ ਆਪਾਂ ਬਸ ਫਟਾਫਟ ਬਾਬਾ ਜੀ ਦੇ ਦਰਸ਼ਨ ਕਰਕੇ ਆਈਏ ਕਿਉਂਕਿ ਸੁਖਾਸਨ ਸਾਹਿਬ ਤਾਂ ਆਲਰੇਡੀ ਹੋ ਗਿਆ ਹੋਣਾ ਵਾ ਤੇ ਆਪਾਂ ਬਸ ਫਟਾਫਟ ਦਰਸ਼ਨ ਕਰਕੇ ਫਿਰ ਆਪਾਂ ਤੁਹਾਨੂੰ ਘਰ ਜਾ ਕੇ ਮਿਲਦੇ ਹਾਂ ਘਰ ਆਉਂਦੇ ਚਾਹ ਦਾ ਪ੍ਰੋਗਰਾਮ ਚਾਹ ਪੀਣ ਲੱਗੇ ਕਿਉਂਕਿ ਘਰ ਆਉਂਦੇ ਸਾਨੂੰ ਪਤਾ ਲੱਗਾ ਸਾਡਾ ਅੱਜ ਪਾਰਸਲ ਆਇਆ ਨਹੀਂ ਜਿਹਦੇ ਕਰਕੇ ਅੱਜ ਵਲੌਗ ਬਣਾਇਆ ਸੀ ਸਾਰਾ ਨਹੀਂ ਆਇਆ ਕੁਛ ਵੀ ਤੇ ਆਇਆ ਹੁੰਦਾ ਮੈਂ ਤੁਹਾਨੂੰ ਦੱਸ ਦੇਣਾ ਸੀ ਤੇ ਆਪਾਂ ਬਾਕੀ ਦੇਖਦੇ ਹਾਂ ਹੁਣ ਮਾਰਨਿੰਗ ਕਰਾਂਗੇ ਆਪਾਂ ਦੁਬਾਰਾ ਤੇ ਤੁਹਾਨੂੰ ਇੱਕ ਦਿਨ ਹੋਰ ਵੇਟ ਕਰਨੀ ਪੈਣੀ ਆ ਤੁਹਾਨੂੰ ਇੱਕ ਦੋ ਦਿਨ ਵੇਟ ਕਰਨੀ ਪੈਣੀ ਸਾਡੇ ਲਈ ਤੇ ਗੱਲ ਆ ਜਾਊਗਾ ਤੇ ਬਾਕੀ ਨੂੰ ਚਾਹ ਖਾਣ ਲੱਗਿਆ ਜੀ ਸਮੋਸੇ ਆ ਜਾਓ ਜਿੰਨੇ ਜਿੰਨੇ ਖਾਣੇ ਆ ਤੇ ਸਾਡਾ ਚਾਹ ਵਾਲਾ ਜਿਹੜਾ ਡੈਡਲੀ ਕੰਬੀਨੇਸ਼ਨ ਆ ਉਹ ਹਮੇਸ਼ਾ ਬੰਦਾ ਦਾ ਜਿੱਠਾ ਲੱਗਦਾ ਵਧੀਆ ਟਾਈਮ ਪਾਸ ਹੋ ਜਾਂਦਾ ਉਹਦੇ ਨਾਲ ਇਹਦੇ ਬਿਨਾਂ ਤੇ ਜ਼ਿੰਦਗੀ ਅਧੂਰੀ ਆ ਹੈਨਾ ਸਮੋਸੇ ਦੇਖਾ ਸਹੀ ਆ ਇੱਦਾਂ ਹੀ ਖਾਣੇ ਕਿ ਗਰਮ ਕਰਕੇ ਖਾਏਗਾ ਨਹੀਂ ਗਰਮ ਕਰਕੇ ਖਾਵਾਂਗੇ ਕਿੰਨੇ ਰਹਿ ਗਏ ਸਮੋਸੇ 4 ਰੁਪਏ ਆ ਦੋ ਹੀ ਖਾਦੇ ਹਾਂ ਦੋ ਹੀ ਖਾਦੇ ਉਹਦਾ ਭਟੂਰੇ ਨਹੀਂ ਖਾਣੇ ਚੱਲੋ ਇੰਡੀਆ ਦੀ ਯਾਦ ਆ ਜਾਂਦੀ ਯਾਰ ਇਹ ਚੀਜ਼ਾਂ ਤੋਂ ਬਸ ਗੋਲ ਗੱਪਿਆਂ ਦੀ ਇੱਥੇ ਪ੍ਰੋਬਲਮ ਆ ਗੋਲ ਗੱਪੇ ਮਹਿੰਗੇ ਬੜੇ ਯਾਰ ਇੱਥੇ ਪਰ ਸਮੋਸੇ ਵੀ ਹਾਂ ਗੋਲ ਗੱਪੇ ਬਹੁਤ ਮਹਿੰਗੇ ਹਨਾ ਪਰ ਸਮੋਸੇ ਵੀ ਨਾ ਅੱਜ ਨੇ ਆਇਲੀ ਆਇਲੀ ਜ਼ਿਆਦਾ ਕਰਤੇ ਆ ਦੇਖ ਨਾ ਆਪਾਂ ਇਹਨੂੰ ਓਵਨ ਚ ਲਾਉਨੇ ਆ ਜਿੱਦਾਂ ਮੈਂ ਥੋੜਾ ਆਇਲ ਹੋ ਜਾਊਗਾ ਉਹ ਪ੍ਰੋਪਰ ਮੈਚਿੰਗ ਲੱਗ ਰਹੀ ਹੈ ਤੁਹਾਡੀ ਤੋਂ
ਮੇਰੀ ਤਾਂ ਹੋਣੀ ਕੱਟੀ ਕੀ ਗਰੀਬ ਪਰ ਆਪਾਂ ਪੂਰੇ ਮੈਚਿੰਗ ਲੱਗ ਰਹੇ ਹਾਂ ਨਾ ਤੂਰੇ ਸੜਾ ਉਧਰੋਂ ਪਹਿਲਾਂ ਹੀ ਵੇਖ ਲਿਆ ਸੀ ਕੀ ਪਾਇਆ ਮੈਂ ਵੇਖ ਕੇ ਕਮਾਲ ਕਰ ਲੈਣਾ ਚਲੋ ਤੇ ਬਾਕੀ ਆਪਾਂ ਹੁਣ ਤੁਹਾਨੂੰ ਇੱਕ ਬੇਸਮੈਂਟ ਟੂਰ ਵੀ ਦੇਣਾ ਕਿਉਂਕਿ ਬਹੁਤ ਸਾਰੇ ਕਮੈਂਟਸ ਆ ਰਹੇ ਆ ਬੇਸਮੈਂਟ ਟੂਰ ਦਾ ਐਵੇਂ ਆਪਾਂ ਬੇਸਮੈਂਟ ਚ ਬੜੀਆਂ ਚੇਂਜਸ ਕੀਤੀਆਂ ਹੋਈਆਂ ਵਾ ਜਿਹੜੀਆਂ ਦਿਖਾਣ ਨੂੰ ਮੇਰੇ ਆਪਣੇ ਆਪਣੇ ਕੰਫਰਟੇਬਲ ਵਾਸਤੇ ਆਪਣੇ ਕੰਫਰਟ ਲੈਵਲ ਵਾਸਤੇ ਉਹ ਬਹੁਤ ਕੁਝ ਚੇਂਜ ਕੀਤਾ ਹੈ ਆਪਣੀ ਬੇਸਮੈਂਟ ਕੋਈ ਨਾ ਬਾਕੀ ਤੁਹਾਨੂੰ ਦਵਾਂਗੇ ਉਹ ਵੀ ਬੇਸਮੈਂਟ ਟੂਰ ਵੀ ਤੇ ਮਿਲਦੇ ਆ ਜੀ ਨੈਕਸਟ ਵਲੌਗ ਚ ਹੋਪ ਕਰਦੇ ਤੁਹਾਨੂੰ ਅੱਜ ਦਾ ਵਲੌਗ ਸਾਡਾ ਜੋ ਵੀ ਵਿੰਗਾ ਟੇਡਾ ਪਸੰਦ ਆਇਆ ਹੋਊਗਾ ਕਿਉਂਕਿ ਰੈਂਡਮ ਜਿਹਾ ਸੀ ਜਿਹਦੇ ਕਰਕੇ ਵਲੌਗ ਸ਼ੁਰੂ ਕੀਤਾ ਉਹ ਕੰਮ ਹੀ ਨਹੀਂ ਹੋਇਆ ਤੇ ਨੈਕਸਟ ਵੀਡੀਓ ਚ ਪੱਕਾ ਤੇ ਪੱਕਾ ਤੇ ਪੱਕਾ ਆਪਾਂ ਉਸ ਪਾਰਸਲ ਨੂੰ ਰਿਸੀਵ ਕਰਕੇ ਹੀ ਵਲੌਗ ਸ਼ੂਟ ਕਰਾਂਗੇ ਤੇ ਨੈਕਸਟ ਵੀਡੀਓ ਚ ਉਸ ਪਾਰਸਲ ਨੂੰ ਅਨਬਾਕਸ ਕਰਾਂਗੇ ਤੇ ਉਹ ਵਲੌਗ ਛੇਤੀ ਆ ਜਾਊਗਾ ਇਸ ਤੋਂ ਅੱਗੇ ਨਾਲ ਵਲੌਗ ਨੈਕਸਟ ਵਲੌਗ ਉਹ ਹੀ ਹੋਊਗਾ ਤੇ ਨਾਲ ਦੇ ਨਾਲ ਮੇਰਾ ਤਾਂ ਮੂੰਹ ਨਜ਼ਰ ਨਹੀਂ ਆ ਰਿਹਾ ਤੂੰ ਨਹੀਂ ਜਾ ਰਿਹਾ ਚਾਹ ਦੇ ਚਲੋ ਇੱਕ ਸਾਰੇ ਜਣੇ ਪੁੱਛਦੇ ਆ ਕਿ ਤੁਸੀਂ ਕੀ ਕੰਮ ਕਰਦੇ ਹੋ ਉਹ ਵੀ ਦੱਸਾਂਗੇ ਆਪਾਂ ਛੇਤੀ ਦੱਸਾਂਗੇ ਇਹਨੇ ਸ਼ਾਰਟ ਵਾਈਜ਼ ਰਿਵੀਲ ਕਰਾਂਗੇ ਬਟ ਹਜੇ ਨਹੀਂ ਤੇ ਬਾਕੀ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ 'ਚ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਾਹ ਜ਼ਰੂਰ ਪੀ ਲਿਓ ਬਾਈ ਬਾਈ